ਤੁਹਾਡੇ ਅਕੋਰਡਿੰਗਲੀ ਜਸਟਿਸ ਜਿਹੜਾ ਹੈ ਕਿਸ ਤਰ੍ਹਾਂ ਡਿਲੀਵਰ ਹੋ ਸਕਦਾ ਹੈ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਤੁਸੀਂ ਦੇਖਿਆ ਹੋਣਾ ਵੀਡੀਓਜ਼ ਦੇ ਵਿੱਚ ਕੁੜੀਆਂ ਬਹੁਤ ਇਕੱਠੇ ਜਿਹੜਾ ਹੋਇਆ ਹੋਇਆ ਉੱਥੇ ਤੁਹਾਡੇ ਅਕੋਰਡਿੰਗਲੀ ਜਸਟਿਸ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਕੁੜੀ ਨੇ ਵਾਇਰਲ ਕੀਤਾ ਸਾਰਾ ਕੁਝ ਉਹਨੂੰ ਤਾਂ ਰੈਸਟੀਕੇਟ ਕਰਾਓ ਹੀ ਕਾਲਜ ਤੋਂ ਤੇ ਜਿਹੜੀਆਂ ਵਾਰਡਨਸ ਇਨਵੋਲਵ ਨੇ ਜਿਹੜੀਆਂ ਉਹ ਤੋਂ ਸਾਰੀਆਂ ਉਹ ਕਰਵਾ ਰਹੀਆਂ ਨੇ ਕਿ ਹਾਂ ਸਾਰਾ ਕੁਝ ਮੈਟਰ ਦੱਬ ਜੇ ਕੁਝ ਉਹ ਨਾ ਹੋਵੇ ਉਹਨਾਂ ਨੂੰ ਵੀ ਨਾਲ ਹੀ ਉਹਨਾਂ ਅਗੇਂਸਟ ਹੋਣੀ ਚਾਹੀਦਾ ਕੇਸ ਤੇ ਉਹ ਮੁੰਡੇ ਨੂੰ ਤਾਂ ਓਬਵੀਅਸਲੀ ਉਹਨੂੰ ਤਾਂ ਜਿੰਨੀ ਵੱਡੀ ਸਜ਼ਾ ਦਿੱਤੀ ਜਾਵੇ ਘੱਟ ਹੀ ਹੈ ਉਹਨਾਂ ਵਾਸਤੇ ਇਟ ਵਾਸ ਨੋਟ ਐਕਚੁਅਲੀ ਐਕਸੈਪਟੇਬਲ ਹਿਊਮੈਨਿਟੀ ਨਾਮ ਦੀ ਵੀ ਕੋਈ ਚੀਜ਼ ਨਹੀਂ ਰਹੀ ਜੋ ਵੀ ਦੇਖਿਆ ਆਈ ਮੀਨ ਆਈ ਥਿੰਕ ਹੁਣ ਅਸੀਂ ਕੁੜੀਆਂ ਨੂੰ ਵੀ ਟਰੱਸਟ ਨਾ ਕਰੀਏ ਪਹਿਲਾਂ ਸੀਗਾ ਕਿ ਮੁੰਡਿਆਂ ਨੂੰ ਟਰੱਸਟ ਨਹੀਂ ਕੀਤਾ ਜਾ ਸਕਦਾ ਕਿ ਉਹ ਸਹੀ ਨਹੀਂ ਹੈ ਹੁਣ ਤਾਂ ਕੁੜੀਆਂ ਨੂੰ ਵੀ ਟਰੱਸਟ ਨਹੀਂ ਕੀਤਾ ਜਾ ਸਕਦਾ ਸਾਡੇ ਪੇਰੈਂਟਸ ਸਾਨੂੰ ਬਹੁਤ ਹੀ ਜ਼ਿਆਦਾ ਟਰੱਸਟ ਕਰਕੇ ਯੂਨੀਵਰਸਿਟੀ 'ਤੇ ਟਰੱਸਟ ਕਰਕੇ ਹੀ ਹੋਟਲ ਦਿਸ ਹੋਸਟਲਸ ਦੇ ਵਿੱਚ ਭੇਜਦੇ ਆ ਉਹਨਾਂ ਨੂੰ ਪੀਜੀਸ 'ਤੇ ਟਰੱਸਟ ਨਹੀਂ ਹੈ ਹੋਸਟਲਸ ਭੇਜਦੇ ਆ ਔਰ ਉੱਥੇ ਇੱਦਾਂ ਹੋਊਗਾ ਤਾਂ ਫਿਰ ਤਾਂ ਸਹੀ ਨਹੀਂ ਹੈ ਹੋਸਟਲ ਦੇ ਵਿੱਚ ਸੁਣਨ 'ਚ ਆਇਆ ਕਿ ਕੈਮਰਾਸ ਨਹੀਂ ਲੱਗੇ ਹੋਏ ਹੈ ਨਾ ਸੈਪਰੇਟ ਵਾਸ਼ਰੂਮਸ ਨਹੀਂ ਆ ਅਗਰ ਫਿਰ ਤੋਂ ਉਹ ਚੀਜ਼ ਹੋ ਗਿਆ ਤਾਂ ਫਿਰ ਥੋੜ੍ਹੀ ਵਾਰਡਨਸ ਜ਼ਿੰਮੇਵਾਰ ਹੋਣਗੇ ਅਤੇ ਕਾਲਜ ਅਥੋਰਿਟੀਜ਼ ਦੀ ਗਲਤੀਆਂ ਨੇ ਕਿ ਤੁਸੀਂ ਉਹਨਾਂ ਨੂੰ ਸਹੀ ਚੀਜ਼ਾਂ ਪ੍ਰੋਵਾਈਡ ਨਹੀਂ ਕਰਵਾ ਰਹੇ ਇੱਥੇ ਸਾਡਾ ਐਜ਼ ਅ ਸਿਟੀਜ਼ਨ ਵੀ ਰੋਲ ਆਉਂਦਾ ਹੈ ਕਿ ਆਪਾਂ ਲਾਈਕ ਕਿ ਅਗਰ ਸਾਡੇ ਕੋਲ ਬਾਏ ਡਿਫੋਲਟ ਅਗਰ ਇੱਦਾਂ ਦੀ ਕੋਈ ਵੀਡੀਓ ਆਉਂਦੀ ਹੈ ਉਹਨੂੰ ਰਿਪੋਰਟ ਕੀਤਾ ਜਾਏ ਕਿਉਂਕਿ ਇਹ ਰੂਲ ਹੈ ਕਿ ਅਗਰ 5 ਰਿਪੋਰਟਸ ਤੋਂ ਬਾਅਦ ਆਟੋਮੈਟਿਕਲੀ FIR ਕੱਟ ਹੋ ਜਾਂਦੀ ਹੈ ਇਸ ਲਈ ਐਜ਼ ਅ ਸਿਟੀਜ਼ਨ ਸਾਡੀ ਵੀ ਡਿਊਟੀ ਹੈ ਬਾਕੀ ਇਸ ਗੱਲ 'ਤੇ ਪਰਦਾ ਪਾਉਣ ਦੀ ਜਗ੍ਹਾ ਅਗਰ ਆਪਾਂ ਨੂੰ ਅੱਗੇ ਲੈ ਕੇ ਜਾਈਏ ਜਿਵੇਂ ਆਪਾਂ ਇੰਸਟੀਟਿਊਸ਼ਨਸ ਦੇਖਿਆ ਪੁਲਿਸ ਦਾ ਰੋਲ ਦੇਖਿਆ ਦੇ ਆਰ ਲਾਈਕ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਕਵਰ ਅਪ ਕਰਨ ਦੀ ਜਗ੍ਹਾ ਅਗਰ ਆਪਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਾਫੀ ਲੋਕਾਂ ਨੂੰ ਉਹਦੇ ਬਾਰੇ ਇਨਫੋਰਮੇਸ਼ਨ ਮਿਲੇਗੀ ਨਿਊ ਜਨਰੇਸ਼ਨ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲੀਨ ਕੌਰ ਸੀਯੂ ਯੂਨੀਵਰਸਿਟੀ ਦੇ ਵਿੱਚ ਜਿੱਥੇ ਗੱਲ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਮਾਹੌਲ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਹੈ ਮਾਹੌਲ ਇਸ ਵੇਲੇ ਗਰਮਾਇਆ ਹੋਇਆ ਯੂਨੀਵਰਸਿਟੀ ਦਾ ਜਿੱਥੇ ਕਿ ਕੁੜੀਆਂ ਦੇ ਵੱਲੋਂ ਧਰਨਾ ਵੀ ਕੀਤਾ ਗਿਆ ਸ਼ਨੀਵਾਰ ਰਾਤ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕਾਫੀ ਮਾਹੌਲ ਜਿਹੜਾ ਗਰਮ ਹੋ ਗਿਆ ਸੀਗਾ ਜਿੱਥੇ ਗੱਲ ਕੀਤੀ ਜਾਂਦੀ ਵੀਡੀਓ ਵਾਇਰਲ ਹੋਣ ਦੀ ਅਸ਼ਲੀਲ ਵੀਡੀਓ ਜਿਹੜੀਆਂ ਨੇ ਲੜਕੀਆਂ ਦੀ ਬਣਾਈ ਗਈ ਸੀਗੀ ਇੱਕ ਲੜਕੀ ਵੱਲੋਂ ਜਿੱਥੇ ਸ਼ਿਮਲਾ ਬੈਠੇ ਇੱਕ ਮੁੰਡੇ ਨੂੰ ਭੇਜੀ ਗਈ ਸੀ ਤੇ ਆਪਾਂ ਗੱਲ ਕੀਤੀ ਹੈ ਇੰਟਰਨੈਟ ਦੇ ਉੱਤੇ ਵੀ ਵੀਡੀਓ ਵਾਇਰਲ ਹੋਈ ਜਦੋਂ ਕਿ ਜਿਸ ਤੋਂ ਬਾਅਦ ਲੜਕੀਆਂ ਦੇ ਵੱਲੋਂ ਕਾਫੀ ਐਲੀਗੇਸ਼ਨਸ ਜਿਹੜੇ ਨੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਉੱਤੇ ਵੀ ਲਗਾਏ ਗਏ ਤਾਂ ਮਾਹੌਲ ਬਹੁਤ ਗਰਮਾਇਆ ਹੋਇਆ ਪੋਲਿਟਿਕਸ ਬਹੁਤ ਗਰਮਾਈ ਹੋਈ ਹੈ ਇਸ ਦੇ ਵਿੱਚ ਵੀ ਤਾਂ ਇਸ ਵੇਲੇ ਅਸੀਂ ਸਰਕਾਰੀ ਕਾਲਜ ਲੜਕੀਆਂ ਦੇ ਵਿੱਚ ਮੌਜੂਦ ਹਾਂ ਆਪਾਂ ਇਹਨਾਂ ਤੋਂ ਵੀ ਇਹਨਾਂ ਦੇ ਵਿਊਜ਼ ਜਾਣਦੇ ਹਾਂ ਕਿਉਂਕਿ ਜਸਟਿਸ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ ਇਹਨਾਂ ਦੀ ਕੀ ਕਹਿਣਾ ਕਿ ਡਿਮਾਂਡ ਜਿਹੜੀ ਹੈ ਕਿਸ ਤਰ੍ਹਾਂ ਪੂਰੀ ਹੋਣੀ ਚਾਹੀਦੀ ਹੈ ਉਹ ਲੜਕੀ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ ਜਾਂ ਕੀ ਐਕਸ਼ਨ ਲੈਣਾ ਚਾਹੀਦਾ ਹੈ ਤੁਹਾਡੇ ਅਕੋਰਡਿੰਗਲੀ ਜਸਟਿਸ ਜਿਹੜਾ ਹੈ ਕਿਸ ਤਰ੍ਹਾਂ ਡਿਲੀਵਰ ਹੋ ਸਕਦਾ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਤੁਸੀਂ ਦੇਖਿਆ ਹੋਣਾ ਵੀਡੀਓਜ਼ ਦੇ ਵਿੱਚ ਕੁੜੀਆਂ ਬਹੁਤ ਇਕੱਠੇ ਜਿਹੜਾ ਹੋਇਆ ਹੋਇਆ ਉੱਥੇ ਤੁਹਾਡੇ ਅਕੋਰਡਿੰਗਲੀ ਜਸਟਿਸ ਕਿਸ ਤਰ੍ਹਾਂ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਜਿਹੜੀ ਕੁੜੀ ਨੇ ਵਾਇਰਲ ਕੀਤਾ ਸਾਰਾ ਕੁਝ ਉਹਨੂੰ ਤਾਂ ਰੈਸਟੀਕੇਟ ਕਰਾਓ ਹੀ ਕਾਲਜ ਤੋਂ ਤੇ ਜਿਹੜੀਆਂ ਵਾਰਡਨਸ ਇਨਵੋਲਵ ਨੇ ਜਿਹੜੀਆਂ ਉਹ ਤੋਂ ਸਾਰੀਆਂ ਉਹ ਕਰਵਾ ਰਹੀਆਂ ਨੇ ਕਿ ਹਾਂ ਸਾਰਾ ਕੁਝ ਮੈਟਰ ਦੱਬ ਜੇ ਕੁਝ ਉਹ ਨਾ ਹੋਵੇ ਉਹਨਾਂ ਨੂੰ ਵੀ ਨਾਲ ਹੀ ਉਹਨਾਂ ਅਗੇਂਸਟ ਹੋਣੀ ਚਾਹੀਦਾ ਕੇਸ ਵਗੈਰਾ ਤੇ ਉਹ ਮੁੰਡੇ ਨੂੰ ਤਾਂ ਓਬਵੀਅਸਲੀ ਉਹਨੂੰ ਤਾਂ ਜਿੰਨੀ ਵੱਡੀ ਸਜ਼ਾ ਦਿੱਤੀ ਜਾਵੇ ਘੱਟ ਹੀ ਹੈ ਉਹਨਾਂ ਵਾਸਤੇ ਤੇ ਆਪਾਂ ਉਹਨਾਂ ਕੁੜੀਆਂ ਦੇ ਨਾਲ ਖੜੇ ਆ ਜਦ ਫਿਰ ਜੀ ਤੇ ਇੱਥੇ ਵੀ ਤੁਹਾਡੇ ਕਾਲਜ ਦੇ ਵਿੱਚ ਹੋਸਟਲ ਹੈਗਾ ਜਿਵੇਂ ਤੁਸੀਂ ਆਉਂਦੇ ਹੋ ਰੋਜ਼ ਤੁਹਾਨੂੰ ਇੱਥੇ ਦਾ ਮਾਹੌਲ ਕਿਸ ਤਰ੍ਹਾਂ ਲੱਗਦਾ ਵੀ ਤੁਹਾਨੂੰ ਲੱਗਦਾ ਵੀ ਜੇ ਚੰਡੀਗੜ੍ਹ ਕਿਉਂਕਿ ਆਪਾਂ ਦੇਖਿਆ ਨਾ ਵੀ ਪੇਰੈਂਟਸ ਇੱਕ ਡਰ ਜਾਂਦੇ ਵੀ ਬਾਹਰ ਨਹੀਂ ਭੇਜਣਾ ਕੁੜੀ ਨੂੰ ਇਹ ਚੀਜ਼ ਪਿੱਛੇ ਚੰਡੀਗੜ੍ਹ ਕੁੜੀਆਂ ਕਈ ਨਹੀਂ ਜਾਂਦੀਆਂ ਜਾਂ ਬਾਹਰ ਵੀ ਕੋਈ ਵੀ ਸਿਟੀ ਹੋਵੇ ਉੱਥੇ ਡਰਦੇ ਨੇ ਪੇਰੈਂਟਸ ਵੀ ਅਸੀਂ ਭੇਜੀਏ ਜਾਂ ਨਾ ਭੇਜੀਏ ਸੇਫਟੀ ਹੋਏਗੀ ਜਾਂ ਨਹੀਂ ਹੋਏਗੀ ਤੁਹਾਨੂੰ ਕੀ ਲੱਗਦਾ ਕੀ ਬਣ ਸਕਦਾ ਇਹਦਾ ਜੇ ਉਹ ਚੰਡੀਗੜ੍ਹ ਯੂਨੀਵਰਸਿਟੀ ਵੈਸੇ ਵੀ ਇੰਨੀ ਫੇਮਸ ਹੈ ਜੇ ਉੱਥੇ ਕੋਈ ਸਟੈਪ ਨਹੀਂ ਚੱਕਣਗੇ ਤੇ ਬਾਕੀਆਂ ਤੇ ਤਾਂ ਕੀ ਕਰਨਾ ਹੈ ਇੱਧਰ ਵੀ ਫਿਰ ਜੇ ਉਹ ਸਟੈਪ ਚੱਕਣ ਬਾਹਰ ਭੇਜਣ ਨਾਲੋਂ ਡਰਨਗੇ ਆਪਣੀ ਕੁੜੀਆਂ ਨੂੰ ਬਿਲਕੁਲ ਤੁਹਾਨੂੰ ਇੱਥੇ ਸੇਫਟੀ ਲੁਧਿਆਣਾ ਤੁਹਾਨੂੰ ਲੱਗਦਾ ਵੀ ਸੇਫ ਹੈਗਾ ਉਸ ਹੱਦ ਦੇ ਨਾਲ ਉਸ ਨੋ ਲੁਧਿਆਣਾ ਵੀ ਸੇਫ ਨਹੀਂ ਲੱਗਦਾ ਨਹੀਂ ਬਿਲਕੁਲ ਵੀ ਨਹੀਂ ਅੱਜ ਕੱਲ੍ਹ ਤਾਂ ਕਿਤੇ ਵੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਡਰ ਇੱਕ ਤਾਂ ਮਾਈਂਡ ਵਿੱਚ ਇਹ ਸੋਚ ਕੇ ਨਹੀਂ ਹੋਣਾ ਚਾਹੀਦਾ ਵੀ ਚੰਡੀਗੜ੍ਹ ਹੈ ਤਾਂ ਸੇਫ ਨਹੀਂ ਹੋਏਗਾ ਲੁਧਿਆਣਾ ਸੇਫ ਹੋ ਸਕਦਾ ਕੋਈ ਵੀ ਜਿਹੜੀ ਵੀ ਕੋਈ ਵੀ ਮਾਮਲਾ ਕਿਸੇ ਵੀ ਜਗ੍ਹਾ ਤੇ ਹੋ ਸਕਦਾ ਪਰ ਗੱਲ ਸਿਰਫ ਇੱਥੇ ਆਉਂਦੀ ਜਸਟਿਸ ਕਿਵੇਂ ਡਿਲੀਵਰ ਕੀਤਾ ਹੋਰ ਵੀ ਕੁੜੀਆਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਉਹਨਾਂ ਨੂੰ ਵੀ ਉਹਨਾਂ ਦੇ ਮੁਤਾਬਿਕ ਜਿਹੜਾ ਜਸਟਿਸ ਆ ਉਹ ਕਿਸ ਤਰੀਕੇ ਦੇ ਨਾਲ ਡਿਲੀਵਰ ਹੋ ਸਕਦਾ ਤੁਹਾਨੂੰ ਸਾਰੀ ਸਿਚੁਏਸ਼ਨ ਜਿਹੜੀ ਇਸ ਵੇਲੇ ਉੱਥੇ ਯੂਨੀਵਰਸਿਟੀ ਦੇ ਵਿੱਚ ਜੋ ਮਾਹੌਲ ਬਣਿਆ ਉਹਦਾ ਪਤਾ ਹੋਵੇਗਾ ਕੁੜੀਆਂ ਕਈ ਇਦਾਂ ਵੀ ਹੋ ਰਹੀਆਂ ਨੇ ਵੀ ਜੇ ਕਾਲਜ ਤੋਂ ਗੇਟ ਟੱਪ ਕੇ ਵੀ ਬਾਹਰ ਨਿਕਲ ਰਹੀ ਤੁਸੀਂ ਵੀਡੀਓਜ਼ ਵਾਇਰਲ ਹੁੰਦੀਆਂ ਦੇਖਿਆ ਹੋਣਗੀਆਂ ਕੀ ਲੱਗਦਾ ਜਸਟਿਸ ਕਿੱਦਾਂ ਡਿਲੀਵਰ ਹੋ ਸਕਦਾ ਆਈ ਥਿੰਕ ਪਹਿਲਾਂ ਤਾਂ ਇਹ ਬਹੁਤ ਮਾੜੀ ਗੱਲ ਹੈ ਜੋ ਵੀ ਹੋਇਆ ਇਹ ਇਟ ਵਾਸ ਨੋਟ ਐਕਚੁਅਲੀ ਐਕਸੈਪਟੇਬਲ ਹਿਊਮੈਨਿਟੀ ਨਾਮ ਦੀ ਵੀ ਕੋਈ ਚੀਜ਼ ਨਹੀਂ ਰਹੀ ਜੋ ਵੀ ਦੇਖਿਆ ਆਈ ਮੀਨ ਆਈ ਥਿੰਕ ਹੁਣ ਅਸੀਂ ਕੁੜੀਆਂ ਨੂੰ ਵੀ ਟਰੱਸਟ ਨਾ ਕਰੀਏ ਪਹਿਲਾਂ ਸੀਗਾ ਕਿ ਮੁੰਡਿਆਂ ਨੂੰ ਟਰੱਸਟ ਨਹੀਂ ਕੀਤਾ ਜਾ ਸਕਦਾ ਕਿ ਉਹ ਸਹੀ ਨਹੀਂ ਹੈ ਹੁਣ ਤਾਂ ਕੁੜੀਆਂ ਨੂੰ ਵੀ ਟਰੱਸਟ ਨਹੀਂ ਕੀਤਾ ਜਾ ਸਕਦਾ ਆਹ ਸਿਚੁਏਸ਼ਨ ਹੈ ਸੋ ਮਤਲਬ ਜਸ
पूरी यूनिवर्सिटी के मैंबरस है, डिपार्टमेंट के वार्डनस वगैरह जो भी हैं, उस सबनों सब ऐसी मतलब पनिशमेंट मिले कि वो याद रखन, कि सारे याद रखन, नॉट ओनली द चंडीगढ़ यूनिवर्सिटी हर स्कूल हर कॉलेज याद रखे कि ये चीज़ एक्सैप्टेबल नहीं है, बिकॉज साढ़े पेरेंट्स सानू बहुत ही ज़्यादा ट्रस्ट करके, यूनिवर्सिटी से ट्रस्ट करके ही होटल दिस होस्टल्स के भेजते हैं, उन्होंने पी जी से ट्रस्ट नहीं है, होस्टल्स भेजते हैं, और उत्थे इदा होगा तो फिर तो सही नहीं है ना। ਉਹੀ ਗੱਲ ਆ ਵੀ ਪੇਰੈਂਟਸ ਨੂੰ ਅਗਰ ਬੱਚੇ ਕਹਿੰਦੇ ਵੀ ਅਸੀਂ ਬਾਹਰ ਜਾ ਕੇ ਪੜ੍ਹਨਾ ਤਾਂ ਇੱਕ ਮਾਇੰਡ ਦੇ ਵਿੱਚ ਆਉਂਦਾ ਵੀ ਬਾਹਰ ਜਾਣਗੇ ਪਤਾ ਨਹੀਂ ਸੇਫ ਹੋਏਗਾ ਜਾਂ ਨਹੀਂ ਹੋਏਗਾ, ਬਟ ਜੇ ਇੱਦਾਂ ਦਾ ਮਾਹੌਲ ਰਹੇਗਾ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਕੁੜੀ ਆਪਣੇ ਘਰ ਤੋਂ ਬਾਹਰ ਸਟੈਪ ਜਿਹੜਾ ਕਰ ਸਕਦੀ। ਸਹੀ ਹੈ, ਬਿਲਕੁਲ ਸਹੀ ਹੈ। ਹੁਣ ਅਸੀਂ ਖੁਦ ਅਸੀਂ ਆਪਣੇ ਕਹਿੰਦੇ ਕਿ ਮਾਸਟਰਸ ਵਾਸਤੇ ਅਸੀਂ ਵੀ ਹੋਸਟਲ 'ਚ ਜਾਈਏ, ਸੋ ਅਗਰ ਐਜੀ ਸਿਚੁਏਸ਼ਨ ਰਹੇਗੀ ਤਾਂ ਫਿਰ ਅਫਕੋਰਸ ਸਾਡੇ ਵੀ ਪੇਰੈਂਟਸ ਸਾਨੂੰ ਹੋਸਟਲਸ ਲਈ ਤਾਂ ਪਰਮਿਟ ਨਹੀਂ ਕਰਨਗੇ, ਔਰ ਪੀ ਜੀਜ਼ ਵੈਸੇ ਹੀ ਉਹਨਾਂ ਨੂੰ ਸੇਫ ਨਹੀਂ ਲੱਗਦੇ, ਸੋ ਫਿਰ ਅਸੀਂ ਪੜ੍ਹੀਏ ਕਿ ਕਿੱਦਾਂ। ਤਾਂ ਇੱਥੇ ਸੇਫਟੀ ਤੁਹਾਨੂੰ ਲੱਗਦੀ ਜੋ ਚੰਡੀਗੜ੍ਹ ਦੇ ਵਿੱਚ ਮਾਹੌਲ ਬਣਿਆ, ਚੰਡੀਗੜ੍ਹ ਦੇ ਵਿੱਚ ਹਾਲ ਹੋਇਆ, ਕਿਉਂਕਿ ਬਹੁਤ ਨਾਮੀ ਯੂਨੀਵਰਸਿਟੀ ਹੈ ਚੰਡੀਗੜ੍ਹ ਯੂਨੀਵਰਸਿਟੀ, ਤਾਂ ਤੁਹਾਨੂੰ ਕੀ ਲੱਗਦਾ ਵੀ ਇੱਥੇ ਉਹ ਸੇਫਟੀ ਹੈਗੀ ਲੁਧਿਆਣੇ ਦੇ ਵਿੱਚ ਕੁਛ ਇੱਦਾਂ ਦਾ ਹੋ ਸਕਦਾ ਹੈ, ਜਾਂ ਤੁਹਾਨੂੰ ਲੱਗਦਾ ਵੀ ਕੋਈ ਸੇਫਟੀ ਦਾ ਲੱਗਦਾ ਹੋਵੇ ਵੀ ਇੱਥੇ ਮਿਸਲੈਕ ਕਰ ਰਹੇ ਆ ਕਿਸੇ ਵੀ ਕਾਲਜ ਦੇ ਵਿੱਚ, ਕੁਛ ਤੁਹਾਨੂੰ ਇੱਦਾਂ ਦਾ ਲੱਗ ਰਿਹਾ? ਮੈਂ ਗਵਰਨਮੈਂਟ ਕਾਲਜ 'ਚੋਂ ਪੜ੍ਹਦੀ ਹਾਂ ਔਰ ਮੈਨੂੰ ਇਹ ਕਾਲਜ ਬਿਲਕੁਲ ਸੇਫ ਲੱਗਦਾ, ਆਈ ਡੋਂਟ ਥਿੰਕ ਸੋ, ਐਂਡ ਆਈ ਕਾਂਟ ਈਵਨ ਇਮੇਜਿਨ ਕਿ ਉਰੇ ਇੱਦਾਂ ਦਾ ਕੁਛ ਹੋਏ। ਉਰੇ ਸਾਰੇ ਬਹੁਤ ਫਰੈਂਡਲੀ ਹੈ, ਆਈ ਥਿੰਕ ਬਹੁਤ ਜ਼ਿਆਦਾ ਹੈਲਪਿੰਗ ਔਰ ਕੋਪਰੇਟਿਵ ਇਨਵਾਇਰਮੈਂਟ ਹੈ, ਈਵਨ ਕਿ ਕੁਛ ਰਹਿ ਜਾਂਦਾ ਤਾਂ ਵੀ ਖੁਦ ਦੇਣ ਆਉਂਦੇ ਆ ਉਰੇ ਸਾਰੇ, ਜੋ ਮੈਂ ਬਿਲੀਵ ਕੀਤਾ, ਜਿੰਨੀ ਮਰਜ਼ੀ ਐਕਸਪੈਂਸਿਵ ਚੀਜ਼ਾਂ ਮੇਰੇ ਰਹਿ ਜਾਂਦੀਆਂ ਕਾਲਜ, ਬਟ ਫਿਰ ਵੀ ਉਰੇ ਦੇ ਉਰੇ ਲੋਕ ਮੈਨੂੰ ਬਹੁਤ ਓਨੈਸਟ ਔਰ ਉਹ ਲੱਗਦੇ, ਬਟ ਅਗਰ ਇੱਦਾਂ ਦਾ ਕੁਛ ਹੋਵੇ ਤਾਂ ਉਹ ਤਾਂ ਅਸੀਂ ਇਮੈਜਿਨ ਹੀ ਨਹੀਂ ਕਰ ਸਕਦੇ, ਉਹ ਤਾਂ ਜਸਟ ਇਹ ਕਿ ਟਰੱਸਟ ਇਹਨੇ ਵੀ ਤੋੜਤਾ ਉਹ ਚੀਜ਼ ਹੋ ਜਾਏ। ਤਾਂ ਹੋਰ ਵੀ ਜਿਹੜੀਆਂ ਸਾਡੇ ਨਾਲ ਲੜਕੀਆਂ ਇਸ ਕਾਲਜ ਦੀਆਂ ਮੌਜੂਦ ਨੇ, ਤਾਂ ਇਹਨਾਂ ਨਾਲ ਵੀ ਪੁੱਛਦੇ ਹਾਂ ਵੀ ਇਹਨਾਂ ਦੇ ਮੁਤਾਬਿਕ ਜਸਟਿਸ ਕਿਸ ਤਰ੍ਹਾਂ ਡਿਲੀਵਰ ਹੋ ਸਕਦਾ, ਕੀ ਲੱਗਦਾ ਵੀ ਜਿਹੜਾ ਮਾਮਲਾ ਗਰਮ ਹੋਇਆ ਹੋਇਆ ਇਸ ਵੇਲੇ, ਮਾਹੌਲ ਬਹੁਤ ਜ਼ਿਆਦਾ, ਤੁਸੀਂ ਦੇਖਿਆ ਹੋਣਾ ਵੀਡੀਓਜ਼ ਦੇ ਵਿੱਚ ਕੁੜੀਆਂ ਗੇਟ ਟੱਪ ਕੇ ਵੀ ਕਾਲਜ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੀਆਂ ਜਾਂ ਪੇਰੈਂਟਸ ਵਾਪਸ ਲੈ ਕੇ ਆਉਣ ਦੀ ਗੱਲ ਕਰ ਰਹੇ, ਤੁਹਾਨੂੰ ਕੀ ਲੱਗਦਾ ਜਸਟਿਸ ਕਿੱਦਾਂ ਡਿਲੀਵਰ ਹੋ? ਆਈ ਥਿੰਕ ਕਿ ਜੋ ਹਾਇਰ ਅਥਾਰਟੀਜ਼ ਨੇ ਉਸ ਟਾਈਮ 'ਤੇ ਝੂਠ ਬੋਲਿਆ, ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਸੀ, ਕਿਉਂਕਿ ਕਿਸੇ ਦੀ ਵੀ ਜਾਨ ਤੋਂ ਵੱਧ ਕੇ ਕਿਸੇ ਇੰਸਟੀਟਿਊਸ਼ਨ ਦੀ ਰੈਪੂਟੇਸ਼ਨ ਨਹੀਂ ਮਾਇਨੇ ਰੱਖਦੀ। ਉੱਥੇ ਦੋ ਕੁੜੀਆਂ ਜਿੰਨੀਆਂ ਵੀ ਕੁੜੀਆਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ, ਇਹ ਪੁਆਇੰਟ ਬਹੁਤ ਗਲਤ ਸੀ, ਉਹਨਾਂ ਨੂੰ ਕੁਇਕਲੀ ਆਪਣਾ ਫਟਾਫਟ ਸਟੈਪ ਚੁੱਕਣਾ ਚਾਹੀਦਾ ਸੀ ਅਤੇ ਉਹਨਾਂ ਨੂੰ ਜਸਟਿਸ ਨਾਲ ਹੀ ਮਿਲਣਾ ਚਾਹੀਦਾ ਸੀ ਝੂਠ ਬੋਲਣ ਦੀ ਬਜਾਏ, ਆਈ ਥਿੰਕ ਸੋ। ਤਾਂ ਤੁਹਾਨੂੰ ਇਸ ਵੇਲੇ ਅਗਰ ਦੇਖਿਆ ਜਾਵੇ ਵਾਰਡਨਸ ਨੂੰ ਸਸਪੈਂਡ ਕਰ ਦਿੱਤਾ ਗਿਆ, ਤੁਹਾਨੂੰ ਲੱਗਦਾ ਵੀ ਉਸ ਤਰੀਕੇ ਦੇ ਨਾਲ ਜਸਟਿਸ ਦਿੱਤਾ ਜਾ ਸਕਦਾ? ਵਾਰਡਨਸ ਨੂੰ ਸਸਪੈਂਡ ਕਰਨ ਨਾਲ ਕੁਛ ਨਹੀਂ ਹੋਣਾ, ਕਿਉਂਕਿ ਤਾਂ ਵੀ ਫਿਰ ਤੋਂ ਅਗਰ ਉਹ ਚੀਜ਼ ਹੋ ਸਕਦੀ ਆ, ਕਿਉਂਕਿ ਉਸ ਹੋਸਟਲ ਦੇ ਵਿੱਚ ਸੁਣਨ 'ਚ ਆਇਆ ਕਿ ਕੈਮਰਾਜ਼ ਨਹੀਂ ਲੱਗੇ ਹੋਏ, ਹੈ ਨਾ, ਸੈਪਰੇਟ ਵਾਸ਼ਰੂਮਸ ਨਹੀਂ ਆ, ਅਗਰ ਫਿਰ ਤੋਂ ਉਹ ਚੀਜ਼ ਹੋ ਗਿਆ ਤਾਂ ਫਿਰ ਥੋੜ੍ਹੀ ਵਾਰਡਨਸ ਜ਼ਿੰਮੇਵਾਰ ਹੋਣਗੇ, ਅਤੇ ਕਾਲਜ ਅਥੋਰਿਟੀਜ਼ ਦੀ ਗਲਤੀ ਹੈ ਨਾ ਕਿ ਤੁਸੀਂ ਉਹਨਾਂ ਨੂੰ ਸਹੀ ਚੀਜ਼ਾਂ ਪ੍ਰੋਵਾਈਡ ਨਹੀਂ ਕਰਵਾ ਰਹੇ। ਮਾਹੌਲ ਤੁਹਾਨੂੰ ਲੱਗਦਾ ਵੀ ਸੇਫ ਹੈਗਾ ਚੰਡੀਗੜ੍ਹ ਦੇ ਵਿੱਚ, ਅਗਰ ਪੇਰੈਂਟਸ ਚਾਹਣ ਆਪਣੇ ਬੱਚਿਆਂ ਨੂੰ ਬਾਹਰ ਭੇਜ ਸਕਦੇ ਆ, ਲੁਧਿਆਣਾ ਵੀ ਤੁਹਾਨੂੰ ਸੇਫ ਲੱਗਦਾ ਉਸਦੇ ਮੁਤਾਬਿਕ? ਐਸਐਸ ਤੋਂ ਨਹੀਂ ਪਤਾ ਸਕਦੀ, ਬਟ ਫਿਰ ਵੀ ਦੇਖਣੀ ਚਾਹੀਏ ਬੰਦੇ ਕੀ ਸੇਫਟੀ, ਜੈਸੇ ਪੇਰੈਂਟਸ ਕੋ ਨਹੀਂ ਮਿਲਨੇ ਦਿਆ, ਬੱਚੋਂ ਕੋ ਮਿਲਨੇ ਨਹੀਂ ਦਿਆ, ਇਹ ਚੀਜ਼ ਮੇਰੇ ਕੋਲ ਲਗਾ ਕਿ ਲਾਈਕ ਮਿਲਣਾ ਤਾਂ ਚਾਹੀਏ, ਉਦਾਸ ਹੈ ਬੱਚਾ, ਕੁਛ ਹੋ ਰਿਹਾ, ਮਿਲੋ, ਕਮ ਸੇ ਕਮ ਆਪਣੇ ਦੁੱਖ ਨਿਕਾਲੇ ਕਿ ਲਾਈਕ ਐਸਾ ਹੋ ਗਿਆ, ਐਸਾ ਨਹੀਂ ਹੋਇਆ ਕੁਛ। ਕੀ ਲੱਗਦਾ ਤੁਹਾਨੂੰ ਸੇਫਟੀ ਹੈਗੀ ਹੈ ਹੋਸਟਲ ਦੇ ਵਿੱਚ, ਕਿਉਂਕਿ ਦੇਖਿਆ ਜਾਵੇ ਬੱਚੇ ਜਿਹੜੇ ਨੇ ਬਾਹਰ ਜਾਂਦੇ ਨੇ ਆਪਣੇ ਘਰ ਤੋਂ ਦੂਰ ਜਾ ਕੇ ਪੜ੍ਹਨਾ, ਹੋਸਟਲ ਦੇ ਵਿੱਚ ਰਹਿਣਾ ਬਹੁਤ ਡਿਫਿਕਲਟ ਲਾਈਫ ਹੋ ਜਾਂਦੀ ਹੈ ਇੱਕ, ਤੁਹਾਨੂੰ ਲੱਗਦਾ ਸੇਫਟੀ ਹੈਗੀ ਇਸ ਚੀਜ਼ ਦੀ? ਐਕਚੁਲੀ ਮੈਂ ਵੀ ਇੱਕ ਹੋਸਟਲਰ ਹੀ ਹਾਂ, ਅਤੇ ਸਾਡੇ ਹੋਸਟਲ ਦੇ ਵਿੱਚ ਉਸ ਹਿਸਾਬ ਨਾਲ ਤਾਂ ਬਹੁਤ ਸੇਫਟੀ ਹੈ, ਬਟ ਕੀ ਹੈ ਕਿ ਮੇਨ ਹੋਸਟਲਸ ਦੇ ਵਿੱਚ ਕੀ ਹੈ ਕਿ ਵਾਰਡਨ ਨੂੰ ਜਾਂ ਅੱਗੋਂ ਹੈੱਡ ਗਰਲਸ ਬਣਾਈਆਂ ਜਾਣੀਆਂ ਚਾਹੀਦੀਆਂ ਹੈ, ਜੋ ਕਿ ਸਾਡੇ ਹੋਸਟਲ ਦੇ ਵਿੱਚ ਹੈ, ਕਿ ਉਹਨਾਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਕਿ ਕੋਈ ਰੈਗਿੰਗ ਵਗੈਰਾ ਤਾਂ ਨਹੀਂ ਹੋ ਰਹੀ, ਅਤੇ ਇੱਦਾਂ ਦੀ ਜੋ ਹਰਕਤ ਹੋਈ ਹੈ ਇਹ ਬਿਲਕੁਲ ਹੀ ਹੋਣੀ ਚਾਹੀਦੀ, ਕਿਉਂਕਿ ਇੰਨੀ ਦੂਰ ਤੁਸੀਂ ਆਏ ਹੋ ਤਾਂ ਪੇਰੈਂਟਸ ਨੇ ਕੁਛ ਸੋਚ ਸਮਝ ਕੇ ਹੀ ਤੁਹਾਨੂੰ ਭੇਜਿਆ ਸੀ, ਅਤੇ ਕਿਸੇ ਦੀ ਜ਼ਿੰਮੇਵਾਰੀ ਦੇ ਉੱਪਰ ਛੱਡਿਆ ਵਾ, ਅਤੇ ਵਾਰਡਨਸ ਨੂੰ ਸਪੈਸ਼ਲੀ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ। ਸਾਡੇ ਵਾਰਡਨ ਮੈਮ ਇਸ ਚੀਜ਼ ਦਾ ਵੈਸੇ ਪੂਰਾ ਧਿਆਨ ਰੱਖਦੇ ਆ, ਬਟ ਜੋ ਹੈ ਬਾਕੀ ਕਾਲਜਿਸ ਦੇ ਵੀ ਇੱਦਾਂ ਵਾਰਡਨਸ ਨੂੰ ਧਿਆਨ ਰੱਖਣਾ ਚਾਹੀਦਾ ਕਿ ਕਿਸੇ ਵੀ ਕੁੜੀ ਨਾਲ ਇੱਦਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਬਹੁਤ ਦੂਰ ਦੂਰ ਦੀਆਂ ਕੁੜੀਆਂ ਐਂਡ ਪੇਰੈਂਟਸ ਰੋਜ਼ ਦਾ ਆ ਕੇ ਤੁਹਾਡਾ ਧਿਆਨ ਉੱਥੇ ਨਹੀਂ ਰੱਖ ਸਕਦੇਗੇ, ਅਤੇ ਕਿਸੇ ਦੀ ਜ਼ਿੰਮੇਵਾਰੀ ਦੇ ਉੱਪਰ ਉਹਨਾਂ ਨੇ ਤੁਹਾਨੂੰ ਛੱਡਿਆ, ਅਤੇ ਇਸ ਲਈ ਤੁਹਾਨੂੰ ਉਹਨਾਂ ਦੀ ਪ੍ਰੋਪਰ ਟੇਕ ਕੇਅਰ ਕਰਨੀ ਚਾਹੀਦੀ ਹੈ, ਜੋ ਵੀ ਉਹਨਾਂ ਦੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਵੀਕਐਂਡ 'ਤੇ ਸੁਣਨਾ ਵੀ ਚਾਹੀਦਾ ਹੈ। ਅਗਰ ਦੇਖਿਆ ਜਾਵੇ ਬਹੁਤ ਮਾਹੌਲ ਖਰਾਬ ਹੋਇਆ ਹੋਇਆ, ਕੁੜੀਆਂ ਨੇ ਸੁਸਾਈਡ ਕਰਨ ਤੱਕ ਵੀ ਜਿਹੜਾ ਅਟੈਂਪਟ ਕੀਤਾ, ਉੱਥੇ ਕਿਹਾ ਵੀ ਜਾ ਰਿਹਾ ਕਿ ਇੱਕ ਜਾਂ ਦੋ ਕੁੜੀਆਂ ਵੱਲੋਂ ਸੁਸਾਈਡ ਕੀਤਾ ਵੀ ਗਿਆ, ਪਰ ਕਾਲਜ ਵੱਲੋਂ ਇਹ ਚੀਜ਼ ਸ਼ੋਅ ਨਹੀਂ ਕੀਤੀ ਜਾ ਰਹੀ, ਕੀ ਲੱਗਦਾ? ਇੱਥੇ ਸਾਡਾ ਐਜ਼ ਅ ਸਿਟੀਜ਼ਨ ਵੀ ਰੋਲ ਆਉਂਦਾ ਹੈ ਕਿ ਆਪਾਂ ਲਾਈਕ ਕਿ ਅਗਰ ਸਾਡੇ ਕੋਲ ਬਾਏ
डिफॉल्ट अगर इदा की कोई वीडियो आती है उन्होंने रिपोर्ट किया जाए, क्योंकि रूल है कि अगर 5 रिपोर्ट्स तो बाद ऑटोमैटिकली FIR कट हो जाती है, इसलिए एज अ सिटीजन साड़ी भी ड्यूटी है। बाकी इस गल ते पर्दा पाने की जगह अगर अपन अगे लेके जाइए, जिमें आप इंस्टीट्यूशनस देखिया, पुलिस का रोल देखिया, दे आर लाइक उन्होंने कवर अप करने की कोशिश कर रहे हैं। कवर अप करने की जगह अगर अपन अगे लेके आईए तो काफ़ी लोगों को बारे इनफॉर्मेशन मिलेगी न्यू जनरेशन। जस्टिस किदा डिलीवर होना चाहिए कि तरीका सस्पेंड वार्डन सस्पेंड कर दिता वो लड़के इतों की लिया जा रहा पंजाब पुलिस वालों लिया जा रहा, की लगता भी जस्टिस किस तरह डिलीवर हो सकता है? जी लड़की की तुम वीडियो वायरल होंगी देखी, जिस वालों वीडियो वायरल की गई है, वो वालों हूँ कितने ना कि कॉलेज एसोसीएशन वालों या कॉलेज प्रशासन यह भी कह रहा भी वो लड़की वालों अपनी निजी वीडियो जी वायरल की गई सी, यानी कि दूसरी कुड़िया की वीडियो नहीं की जा रही, की लगता ये कि कुछ सच है तो कि कुछ झूठ? देखो एक कुड़ी का इस बाकी कुड़िया ने इदा करना, जे कुड़ियाँ कुड़ियाँ नाल ही सेफ नहीं है तो किसी नाल सेफ है? इस तरह यह पता लगता है कि यह जी मैंटैलिटी है किसी चीज़ की। जस्टिस इदा नहीं हो सकता कि एक बंदा फड़ के अरैसट करता कुछ करता, इन भी पक्के रूल्स बनाने चाहिए है। पक्के रूल्स मतलब यह नहीं है कि सिर्फ कह दिता, हर एक चीज़ को इंप्लीमेंट करो, हर एक होस्टल वाले उस फैसिलिटी दो, उन्हें कैमरे लगाए हर एक जिमें सड़क की वीडियोज क्ढी तो किमें नहीं पता लग्या कोई तो कुड़ी ना मिली होएगी, एक तो काम नहीं हो सकता। ओबियसली वॉशरूम जिते वो बना रही है ओबियसली कोई दूजा बंदा बाहर जो उन्होंने देख रहा है, कोई होर तो नहीं पिछे आ रहा उनके लिए, तो एक कुड़ी का काम नहीं है मेरे अकॉर्डिंग, होर कोई भी है नाल तो सरकार को इस चीज़ को देखना चाहिए। तां वार्डनस वालों जड़े ने कुड़िया के फोन भी तोड़ दिए गए, पर हूँ जरा कॉलेज वालों एक्शन लिता गया भी हूँ तुम्हें फोन की जी भरपाई की जाएगी, की लगता है इदा का एक्शन वार्डनस को करना चाहिए सगा? एलीगेशन कुड़िया तो लगाई जा रही ने भी इन्हों का ड्रैस अपनी ठीक से या किस तरह तुम्हें की लगता है सही है चीज़ है? नहीं ड्रैस वाले बिल्कुल भी नहीं कहना चाहिए, हर एक की अपनी मर्जी है, तो फिर कुड़िया कुछ भी ना पा, फिर तुम मैनुफैक्चर ही ना करो कोई चीज़। अगर पूरे कपड़े भी पाए तो वह देखने वाले की मैंटैलिटी तो है, ठीक है कि उन्हें भावें पूरे कपड़े भी पाए, साड़ी सोसाइटी इदा के बंदे भी है कि भी उन्हें गलत कमेंट कर करते हैं। अगर पूरे सूट पाई हुई वाली दे भी शिकार होए है, बेकार वाली कुड़ियाँ भी हुई हैं, सारे ही होए हैं। लाइक अब केसिस आते कि रेप केसिस 5 ईयर की कुड़ी पर भी होंगे, उन्हें कि कपड़े पाए होंगे कि जिमें कोई उकसाया जाए? तो कुड़ियों का जरा जस्टिस बिल्कुल डिमांड करते हो उन्होंने? बिल्कुल हर बारी सोशल मीडिया से पोस्टा पा के है ना आप रौला पा दें इदा इदा होया कैंडल मार्चिस कट के, पर महीने बाद किसी को नहीं याद रहा कि कुड़ी का की होया होगा या तो इस टाइम उत्ते की बीतरी होगी या तो केस की चल रहा होगा। प्लीज़ इस आई रिक्वेस्ट टू गवर्नमेंट ऑफ पंजाब कि इनू ना इस चीज़ में दबाया ना जाए ताकि इनू अच्छे तरीके नाल सॉल्व किया जाए ताकि अगो जे इदा तो कोई केस आंदा ना तो बंदा करन लग्या भी वो सोचे उनके मन च डर आवे। बिल्कुल एंड मेनली कॉलेज प्रशासन को यदा ध्यान रखना चाहिए, क्योंकि देखो ताडे घर भी कुड़ियां हैं ताडियां भी भैन है, तो तुसी उन्हां बारे सोचो कि जे उन्हां नाल कुछ रब ना करे एवें दा होवे तां फिर की होगा। तो इसलिए तुसी ए नहीं कि तुसी अपनी कॉलेज की रैपूटेशन का ध्यान देख रहे हो कि हाँ जी जे तुहानूं पता लग गया साडे होस्टल इदां होया जां कॉलेज इदां होया तां साडी रैपूटेशन दे की बीतूगी, इस चीज़ का वाल तो बिल्कुल ना ना सोचो। कुड़ियों के लिए जस्टिस तो इतने जरूर होना चाहिए, तो जो तक जस्टिस नहीं होंदा ये मामला उदों तक चलता रहना चाहिए। साल दो साल में वो लोग बरी हो जाएंगे जिन्होंने किया, बट वो गर्ल्स लिए वो सारी उम्र लिए स्टिग्मा रहेगा, तो साड़ी सोसाइटी हमेशा विक्टिम नूं स्टिग्मा दिंदी है, कदे जिन्हें कुछ किया उन्होंने दिंदी, लाइक निर्भया केस इन्ना हाई प्रोफाइल केस ही उन्होंने सॉल्व होंदे इन्ने साल लग गए सके, तो आप की उम्मीद करिए इन्हां तों? बहुत बहुत धन्यवाद। तो ये तुम सोच लिया भी बहुत वधिया ढंग दे नाल इन्होंने एक एक चीज़ एक एक केस स्टडी एक्सप्लेन करके दस्या भी जस्टिस अगर कुड़ियां वास्ते मंगया जा सकता है तो उसका लैवल किस तरीके दे नाल होना चाहिए। जस्टिस डिलीवर करन दे नाल एक मौके दे उत्ते देन दे नाल जस्टिस डिलीवर नहीं हो जाता, जबकि कुड़ियां दे उत्ते जो बीत रही है इस वेले तुसीं वीडियोज़ बहुत देखिया होनी सोशल मीडिया से कि कुड़ियां जिहड़ियां ने अपने पेरेंट्स कोल जाण दी गल कर रही ने, कॉलेज प्रशासन वालों किस तरह के एक्शन भी लिते जा रहे हैं, तो उत्ते ही पुलिस प्रशासन वालों भी की जिहड़े ने एक्शन लिते जाते हैं। आपां आने वाले टाइम के देखा भी हूँ प्रशासन इस उत्ते की अगे जाके एक्शन लैंदी, क्योंकि लड़के तो गिरफ्तार कर लिता गया वार्डन को सस्पेंड कर दिता गया, बट जिस जस्टिस की गल की जा रही है वो किस तरीके डिलीवर होएगा वो हूँ सारी वीडियोज़ जड़िया ने तुम सोशल मीडिया से देखते ही होगे। तो होर इदा की वधेरी वीडियोज़ लिए देखते रहो लुधियाना टाइम्स, कैमरामैन दीपक खीवा के नाल मैं प्रवलीन कौर।